ਨੈਕਸਟ ਸਲਾਈਡ ਪਿਆਰੇ ਬੱਚਿਓ ਅੱਜ ਮਿਤੀ 15 ਅਕਤੂਬਰ 2022 ਦਿਨ ਸ਼ਨੀਵਾਰ ਜਿਸ ਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਸੈਟਰਡੇ ਕਹਿੰਦੇ ਹਾਂ S A T U R D A Y ਸੈਟਰਡੇ ਆਓ ਕਰਦੇ ਹਾਂ ਅੱਜ ਦਾ ਵਿਚਾਰ ਭਵਿਕ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਅਸੀਂ ਵਰਤਮਾਨ ਵਿੱਚ ਕੀ ਕਰਦੇ ਹਾਂ ਪਿਆਰੇ ਬੱਚਿਓ ਜੋ ਸਾਡਾ ਪ੍ਰੈਜੈਂਟ ਜਾਂ ਵਰਤਮਾਨ ਹੁੰਦਾ ਹੈ ਸਾਨੂੰ ਉਸ ਨੂੰ ਉਸ ਦਾ ਬਹੁਤ ਹੀ ਸਹੀ ਢੰਗ ਨਾਲ ਉਪਯੋਗ ਕਰਨਾ ਚਾਹੀਦਾ ਹੈ ਸਾਨੂੰ ਆਪਣੇ ਵਰਤਮਾਨ ਦੇ ਵਿੱਚ ਮਿਹਨਤ ਕਰਨੀ ਚਾਹੀਦੀ ਹੈ ਬੱਦ ਤੋਂ ਬੱਦ ਗਿਆਨ ਪ੍ਰਾਪਤ ਕਰਨਾ ਚਾਹੀਦਾ ਹੈ ਜ਼ਿੰਦਗੀ ਦੀ ਤਰੱਕੀ ਦੇ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ ਬੱਚਿਓ ਜੇਕਰ ਅਸੀਂ ਆਪਣੇ ਵਰਤਮਾਨ ਜਾ ਹੁੰਦੇ ਸਮੇਂ ਨੂੰ ਸਹੀ ਢੰਗ ਨਾਲ ਬਤੀਤ ਕਰਦੇ ਹਾਂ ਅਤੇ ਇਸ ਨੂੰ जाया ਨਹੀਂ ਕਰਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਸ ਦਾ ਫਲ ਮਿਲੇਗਾ ਸਾਡਾ ਜੀਵਨ ਬਹੁਤ ਹੀ ਵਧੀਆ ਹੋਵੇਗਾ ਪਰ ਜੇਕਰ ਅਸੀਂ ਵਰਤਮਾਨ ਨੂੰ ਅੱਜ ਦੇ ਸਮੇਂ ਨੂੰ ਸੋ ਬੱਚਿਓ ਆਪਣੇ ਫਿਊਚਰ ਨੂੰ ਵਧੀਆ ਬਣਾਉਣ ਦੇ ਲਈ ਸਾਨੂੰ ਆਪਣੇ ਪ੍ਰੈਜ਼ੈਂਟ ਵਿੱਚ ਮਿਹਨਤ ਕਰਨ ਦੀ ਲੋੜ ਹੈ ਸੋ ਕਦੇ ਵੀ ਆਪਣੇ ਸਮੇਂ ਨੂੰ ਵੇਸਟ ਨਾ ਕਰੋ ਆਓ ਕਰਦੇ ਹਾਂ ਗਿਆਨ ਵਿਗਿਆਨ ਪੰਜਾਬ ਦੇ ਮਾਝਾ ਅਤੇ ਦੁਆਬਾ ਖੇਤਰ ਨੂੰ ਕਿਹੜਾ ਦਰਿਆ ਵਗ ਕਰਦਾ ਹੈ ਬੱਚਿਓ ਪੰਜਾਬ ਦੇ ਮਾਝਾ ਅਤੇ ਦੁਆਬਾ ਖੇਤਰ ਨੂੰ ਬਿਆਸ ਦਰਿਆ ਵਗ ਕਰਦਾ ਹੈ ਪੰਜਾਬ ਦਾ ਕੁੱਲ ਕਿੰਨੇ ਪ੍ਰਤੀਸ਼ਤ ਜੰਗਲ ਹਨ ਬੱਚਿਓ ਪੰਜਾਬ ਦਾ ਕੁੱਲ 6.1 ਪ੍ਰਤੀਸ਼ਤ ਜੰਗਲ ਹਨ ਹਵਾਈ ਜਹਾਜ਼ ਦੀ ਖੋਜ ਕਿਸ ਨੇ ਕੀਤੀ ਹਵਾਈ ਜਹਾਜ਼ ਦੀ ਖੋਜ ਰਾਈਟ ਭਰਾਵਾਂ ਨੇ ਕੀਤੀ ਸੀ ਵਰਗ ਦੇ ਹਰੇਕ ਕੋਣ ਦਾ ਮਾਪ ਕਿੰਨਾ ਹੁੰਦਾ ਹੈ ਬਰਗ ਦੇ ਹਰੇਕ ਕੋਣ ਦਾ ਮਾਪ 90 ਡਿਗਰੀ ਹੁੰਦਾ ਹੈ ਨਿੱਜੀ ਸਵਸਥਾ ਕਿਉਂ ਜ਼ਰੂਰੀ ਹੈ ਬੱਚਿਓ ਨਿੱਜੀ ਸਵਸਥਾ ਦਾ ਮਤਲਬ ਸਾਨੂੰ ਆਪਣੀ ਸਾਫ ਸਫਾਈ ਕਿਉਂ ਰੱਖਣੀ ਚਾਹੀਦੀ ਹੈ ਕਿਉਂਕਿ ਜੇਕਰ ਅਸੀਂ ਆਪਣੇ ਸਰੀਰ ਦੀ ਸਾਫ ਸਫਾਈ ਰੱਖਾਂਗੇ ਤਾਂ ਅਸੀਂ ਤੰਦਰੁਸਤ ਰਹਿਾਂਗੇ ਅਤੇ ਬਿਮਾਰੀਆਂ ਤੋਂ ਦੂਰ ਰਹਾਂਗੇ ਆਓ ਬੁਝਿਏ ਜਾਂ ਅਜ ਦੀ 부ਜਾਰਤ ਚੱਲੀ ਜਾਵੇ ਦਿਨ ਤੇ ਰਾਤ ਬੀਰਾ ਬਨ ਬਨ ਥੱਕਿਆ ਪਰ ਉਹ ਨਾ ਖੜੀ ਇੱਕ ਵੀ ਕੜੀ ਬੱਚਿਓ ਜੋ ਅੱਜ ਦੀ ਬੁਝਾਰਤ ਹੈ ਉਸ ਦਾ ਉੱਤਰ ਹੈ ਕੜੀ ਆਓ ਕਰਦੇ ਹਾਂ ਵਰਡਸ ਫਾਰ ਪ੍ਰੈਕਟਿਸ ਫਰਸਟ ਵਰਡ ਇਜ਼ ਐਡਮਿਟ A D M I T ਐਡਮਿਟ ਐਡਮਿਟ ਮੀਨ ਮੰਨਣਾ ਸੈਕਿੰਡ ਵਰਡ ਇਜ਼ ਐਡਵਾਈਸ A D V I S E ਐਡਵਾਈਸ ਐਡਵਾਈਸ ਮੀਨਸ ਸਲਾਹ ਅਵੋਇਡ A V O I D ਅਵੋਇਡ वॉइड मीन परहेज करना नेक्स्ट वर्ड इज डिले डी ई एल ए वाई डिले डिले मीन देरी लास्ट वर्ड इज एंजॉय ई एन ज ओ वाई एंजॉय एंजॉय मीन एंजॉय करना या आनंद मना बच्चों एसी ਸਾਡੀ ਅੱਜ ਦੀ ਮਾਰਨਿੰਗ ਸਲਾਈਡ ਆਸ ਕਰਦਾ ਹਾਂ ਕਿ ਜੋ ਵੀ ਅੱਜ ਇਸ ਸਲਾਈਡ ਦੇ ਵਿੱਚ ਤੁਸੀਂ ਨਵਾਂ ਸੁਣਿਆ ਹੈ ਉਸ ਨੂੰ ਰਿਵਾਈਜ਼ ਕਰੋਗੇ ਅਤੇ ਆਪਣੇ ਗਿਆਨ ਦੇ ਵਿੱਚ ਵਾਧਾ ਕਰ ਦੇ ਰਹੇ ਹੋਗੇ थैंक यू बेटा जी